ਕਵਿਤਾ ਪੇਸ਼ ਕਰੇਗਾ। ਸਤਿਕਾਰਯੋਗ ਪ੍ਰਿੰਸੀਪਲ ਸਰ, ਅਧਿਆਪਕ ਸਾਹਿਬਾਨ ਅਤੇ ਮੇਰੇ ਬਹੁਤ ਹੀ ਪਿਆਰੇ ਵਿਦਿਆਰਥੀ ਸਾਥੀਓ, ਆਪ ਸਭ ਜੀ ਨੇ ਮੇਰੇ ਵੱਲ ਪੈ ਕੇ ਸਤਿ ਸ਼੍ਰੀ ਅਕਾਲ ਜੀ। ਆਹ ਹੈ ਮੇਰੀ ਅੱਜ ਦੀ ਕਵਿਤਾ। ਮੁੱਕ ਕੇ ਛੁੱਟੀਆਂ, ਖੁੱਲ ਗਏ ਸਕੂਲ, ਸਕੂਲ ਆਓ ਰੋਜ਼ ਰੱਖੋ ਅਸੂਲ, ਚਾਈ ਚਾਈ ਸਾਰੇ ਭੱਜ ਕੇ ਆਓ, ਪੜ੍ਹਾਈ ਤੋਂ ਕਦੇ ਨਾ ਜੀ ਚ ਰਹੋ, ਲੰਕੇ ਵੇਲਾ ਕੁਝ ਨਹੀਂ ਮਿਲਣਾ, ਸੁਕਾ ਕੇ ਧਰਤੀ ਫੁੱਲ ਨਹੀਂ ਕਿੰਨਾ, ਅਧਿਆਪਕ ਦਾ ਸਤਿਕਾਰ ਕਰੀਏ, ਆਪਸ ਵਿੱਚ ਵੀ ਕਦੀ ਨਾ ਲੜੀਏ, ਧਰਤੀ ਮਾਂ ਵੀ ਕਰੇ ਪੁਕਾਰ, ਲਾ ਦੋ ਸੋਹਣੇ ਰੁੱਖ ਝਾੜ, ਪਾਣੀ ਦਾ ਵੀ ਕਰੋ ਬਚਾ, ਹੱਸੋ ਕੇ ਫਿਰ ਸਾਰੇ ਫਜਾ, ਕਰਮਜੀਤ ਸਰ ਇਹੀ ਕਹਿੰਦੇ ਬੱਚੇ ਸਫਲ ਚੋਂ ਪੜ੍ਹਨ ਬਹਿੰਦੇ। ਥੈਂਕ ਯੂ ਮੈਮ। ਮੇਰਾ ਤੀਜਾ ਸੁਦਾ ਪ੍ਰੇਮੀ ਵੀਰ ਦੇ ਜਸ਼ਨਪ੍ਰੀਤ ਨੂੰ ਹੈ, ਜੋ ਕਿ ਤੁਹਾਡੇ ਸਾਹਮਣੇ ਅੱਜ ਦੀਆਂ ਮੁੱਖ ਖ਼ਬਰਾਂ ਪੇਸ਼ ਸਾਂਝੀਆਂ। ਸਤਿਕਾਰਯੋਗ ਪ੍ਰਿੰਸੀਪਲ ਸਰ, ਅਧਿਆਪਕ ਸਾਹਿਬਾਨ ਅਤੇ ਮੇਰੇ ਦੋਸਤ ਬੀਬੀ ਰਮਨ ਔਰ ਫਿਜ਼ਿਕਸ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਦੇਣ ਸੀਗੀ। ਔਰ ਬੜੇ ਮਾਣ ਵਾਲੀ ਗੱਲ ਹੈ ਕਿ ਏਸ਼ੀਆ ਦੇ ਪਹਿਲੇ ਸਾਇੰਟਿਸਟ ਸੀਗੇ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ, ਅਤੇ ਉਹਨਾਂ ਦੇ ਨਾਂ ਦੇ ਉੱਤੇ ਹੀ ਸਾਡਾ ਇਹ ਹਾਊਸ ਚੱਲ ਰਿਹਾ। ਔਰ ਜਿਹੜਾ ਮੈਂ ਇੱਕ ਬਦਲਾਵ ਦੇਖ ਰਿਹਾ ਇਸ ਚੌਥੇ ਹਾਊਸ ਦੇ ਵਿੱਚ, ਉਹ ਬੜੀ ਖੁਸ਼ੀ ਦੀ ਗੱਲ ਹੈ ਕਿ ਲੜਕਿਆਂ ਦੀ ਪਾਰਟੀਸਪੇਸ਼ਨ ਹੋਈ ਹੈ ਔਰ ਇੱਕ ਸ਼ੁਰੂਆਤ ਹੀ ਮੰਨੀ ਜਾ ਸਕਦੀ ਹੈ। ਔਰ ਛੇਵੀਂ ਦੇ ਬੱਚੇ ਨੇ, ਠੀਕ ਹੈ ਸੁਧਾਰ ਦੀ ਲੋੜ ਹੈ, ਲੇਕਿਨ ਇੱਕ ਪਹਿਲ ਤਾਂ ਹੋਈ, ਇੱਕ ਸ਼ੁਰੂਆਤ ਤਾਂ ਹੋਈ, ਕਿਉਂਕਿ ਜੇ ਅਸੀਂ ਸ਼ੁਰੂਆਤ ਕਰਾਂਗੇ ਤਾਂ ਉਹਦੇ ਵਿੱਚ ਫਿਰ ਸ਼ੁਰੂਆਤ ਤੋਂ ਬਾਅਦ ਸੁਧਾਰ ਵੀ ਹੋਏਗਾ ਔਰ ਅਸੀਂ ਐਕਸੀਲੈਂਸੀ ਵੱਲ ਜਾਵਾਂਗੇ। ਤੋ ਪਿਆਰੇ ਬੱਚਿਓ, ਜਿਵੇਂ ਤੁਸੀਂ ਜਾਣਦੇ ਹੋ ਕਿ ਸਾਡੇ ਸਕੂਲ ਦੇ ਵਿੱਚ NSS ਵਿੰਗ ਚੱਲ ਰਿਹਾ, ਔਰ NSS ਵਿੰਗ ਦੇ ਅਧੀਨ ਅਸੀਂ ਬਹੁਤ ਸਾਰੀ ਗਤੀਵਿਧੀਆਂ ਸਕੂਲ ਦੇ ਵਿੱਚ ਕਰਵਾਉਂਦੇ ਹਾਂ। ਤੋ ਅੱਜ ਦੀ ਜਿਹੜੀ ਗਤੀਵਿਧੀ ਹੈ ਸਾਡੀ, ਉਹ ਹੈ ਟ੍ਰੈਫਿਕ ਦੇ ਨਾਲ ਸੰਬੰਧਿਤ। ਟ੍ਰੈਫਿਕ ਤੋਂ ਭਾਵ ਹੈ ਯਾਤਾਯਾਤ। ਹੁਣ ਅਸੀਂ ਸਾਰਾ ਦਿਨ ਤਾਂ ਘਰ ਦੇ ਵਿੱਚ ਰਹਿ ਨਹੀਂ ਸਕਦੇ, ਸਾਨੂੰ ਘਰੋਂ ਬਾਹਰ ਵੀ ਨਿਕਲਣਾ ਪੈਂਦਾ, ਉਹਦੇ ਲਈ ਅਸੀਂ ਜਿਹੜੇ ਸਾਧਨ ਵਰਤਦੇ ਹਾਂ ਆਵਾਜਾਈ ਦੇ, ਉਹ ਸਾਨੂੰ ਯਾਤਾਯਾਤ ਦੇ ਵਿੱਚ ਆ ਜਾਂਦੇ ਨੇ, ਔਰ ਉਹਨਾਂ ਨੂੰ ਸਹੀ ਢੰਗ ਦੇ ਨਾਲ ਚਲਾਉਣ ਦੇ ਲਈ ਸਾਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਔਰ ਜਿਹੜਾ ਟ੍ਰੈਫਿਕ ਦੇ ਨਿਯਮ ਹੈ, ਕਈ ਵਾਰੀ ਸਾਨੂੰ ਉਹਦੀ ਜਾਣਕਾਰੀ ਨਹੀਂ ਹੁੰਦੀ ਔਰ ਕਈ ਵਾਰੀ ਸਾਨੂੰ ਜਾਣਕਾਰੀ ਹੋਣ ਦੇ ਬਾਵਜੂਦ ਵੀ ਅਸੀਂ ਉਹਦੀ ਪਾਲਣਾ ਨਹੀਂ ਕਰਦੇ। ਤੋ ਇਹ ਮਹੀਨਾਵਾਰੀ ਇੱਕ ਲੜੀ ਸਰਕਾਰ ਨੇ ਚਲਾਈ ਹੈ ਤਾਂ ਜੋ ਬੱਚਿਆਂ ਨੂੰ ਔਰ ਸਮਾਜ ਦੇ ਹੋਰ ਲੋਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਦੇ ਬਾਰੇ ਜਾਗਰੂਕ ਕੀਤਾ ਜਾ। ਤੋ ਅੱਜ ਅਸੀਂ ਗੱਲ ਕਰਾਂਗੇ ਦੋ ਪਹੀਆ ਵਾਹਨ, ਟੂ ਵੀਲਰ ਵਹੀਕਲ ਦੀ। ਹੁਣ ਇਸਦਾ ਕਾਰਨ ਕੀ ਹੈ, ਕਿਉਂ ਟ੍ਰੈਫਿਕ ਦੇ ਨਿਯਮਾਂ ਬਾਰੇ ਜਾਗਰੂਕ ਕਰਨਾ ਹੈ, ਕਿਉਂਕਿ ਹਜ਼ਾਰਾਂ ਲੱਖਾਂ ਜਾਨਾਂ ਜਿਹੜੀਆਂ ਨੇ ਉਹ ਐਕਸੀਡੈਂਟ ਦੇ ਵਿੱਚ ਚਲੀਆਂ ਜਾਂਦੀਆਂ ਨੇ। ਤੁਸੀਂ ਅੰਦਾਜ਼ਾ ਲਗਾਓ ਕਿ ਇੱਕ ਦਿਨ ਦੇ ਵਿੱਚ 20 ਮੌਤਾਂ ਹੋ ਜਾਂਦੀਆਂ ਨੇ, ਇੱਕ ਦਿਨ ਦੇ ਵਿੱਚ ਐਕਸੀਡੈਂਟ ਦੇ ਵਿੱਚ 20 ਜਾਨਾਂ ਹਿੰਦੁਸਤਾਨ 'ਚ ਜਾਂਦੀਆਂ ਨੇ। ਮੰਨਦੇ ਇਸ ਗੱਲ ਨੂੰ, 20 ਮੌਤਾਂ ਦਾ ਹੋ ਜਾਣਾ, ਔਰ ਜਦੋਂ ਸਾਲ ਦਾ ਅੰਕੜਾ ਕੱਢਿਆ ਜਾਂਦਾ ਤਾਂ ਇਹ ਪਹੁੰਚ ਜਾਂਦਾ 2.5 ਲੱਖ ਦੇ ਕਰੀਬ। ਸੋ ਇੱਕ ਸਾਲ ਦੇ ਵਿੱਚ 2.5 ਲੱਖ ਲੋਕ ਜਿਹੜੇ ਨੇ ਉਹ ਐਕਸੀਡੈਂਟ ਦੇ ਵਿੱਚ ਆਪਣੀ ਜਾਨ ਗੁਆ ਦਿੰਦੇ ਨੇ, ਔਰ 4.5 ਲੱਖ ਦੇ ਕਰੀਬ ਲੋਕ ਜਿਹੜੇ ਨੇ ਉਹ ਬੁਰੀ ਤਰ੍ਹਾਂ ਇੰਜਰਡ ਹੋ ਜਾਂਦੇ ਨੇ, ਜ਼ਖਮੀ ਹੋ ਜਾਂਦੇ ਨੇ। ਕਿਸੇ ਦੀ ਲੱਤ ਨਕਾਰਾ ਹੋ ਜਾਂਦੀ ਹੈ, ਕਿਸੇ ਦੀ ਬਾਂਹ ਨਕਾਰਾ ਹੋ ਜਾਂਦੀ ਹੈ, ਕਿਸੇ ਦੇ ਸਿਰ 'ਤੇ ਸੱਟ ਵੱਜ ਜਾਂਦੀ ਹੈ। ਸੋ ਇਸੇ ਲੜੀ ਤਹਿਤ ਸਰਕਾਰ ਨੇ ਬੱਚਿਆਂ ਨੂੰ ਔਰ ਲੋਕਾਂ ਨੂੰ, ਕਿਉਂਕਿ ਅਸੀਂ ਤੁਹਾਨੂੰ ਜਾਗਰੂਕ ਕਰਾਂਗੇ, ਤੁਸੀਂ ਘਰ ਜਾ ਕੇ, ਤੁਸੀਂ ਸਾਡੇ ਦੂਤ ਹੈਗੇ, ਤੁਸੀਂ ਘਰ ਜਾ ਕੇ ਮੈਸੇਜ ਦਿਓਗੇ, ਉਹਦੇ ਨਾਲ ਹੋਰ ਲੋਕ ਵੀ ਜਾਗਰੂਕ ਹੋਣਗੇ।
ਸੋ ਜੇ ਅਸੀਂ ਗੱਲ ਕਰੀਏ ਦੋ ਪਹੀਆ ਵਾਹਨ ਦੀ ਤਾਂ ਜਿਸ ਤਰ੍ਹਾਂ ਪਹਿਲਾਂ ਕੀ ਪਹਿਲੇ ਸਮੇਂ 'ਚ ਹੁੰਦੇ ਸੀ ਘੋੜੇ, ਘੋੜੇ 'ਤੇ ਚੜ੍ਹਨ ਤੋਂ ਪਹਿਲਾਂ ਉਹਦੀ ਪੇਠ ਨੂੰ ਟਪਵਾਉਂਦੇ ਸੀਗੇ, ਉਹਨੂੰ ਚੈੱਕ ਕਰਦੇ ਸੀ ਕਿ ਘੋੜੇ ਦਾ ਮੂੰਹ ਠੀਕ ਹੈ ਕਿ ਨਹੀਂ ਠੀਕ ਹੈ। ਔਰ ਇਸੇ ਤਰ੍ਹਾਂ ਜਦੋਂ ਤੁਸੀਂ ਆਪਣੇ ਦੋ ਪਹੀਆ ਵਾਹਨ ਸਕੂਟਰ ਮੋਟਰਸਾਈਕਲ ਬਾਈਕ ਉੱਤੇ ਬੈਠਣਾ, ਤੁਸੀਂ ਉਹਨੂੰ ਸਟਾਰਟ ਕਰਨ ਤੋਂ ਬਾਅਦ ਉਹਨੂੰ ਤੁਸੀਂ ਰੇਸ ਦੇਖ ਦੇਖਣੀ ਹੈ ਕਿ ਇਹਦੀ ਜਿਹੜੇ ਰੇਸ ਹੈ ਉਹ ਠੀਕ ਹੈ, ਔਰ ਕਿਤੇ ਰੇਸ ਅੜਕਦੀ ਤਾਂ ਨਹੀਂ ਪਈ, ਉਹਨੂੰ ਥੋੜ੍ਹੀ ਰੇਸ ਦਿਓ, ਠੀਕ ਹੈ, ਘਟਾਓ ਥੋੜ੍ਹੀ ਰੇਸ ਦਿਓ, ਫਿਰ ਥੋੜ੍ਹਾ ਜਿਹਾ ਚਲਾ ਕੇ ਦੇਖੋ ਕਿ ਇਹਦੀ ਬ੍ਰੇਕ ਠੀਕ ਹੈ। ਔਰ ਉਸ ਤੋਂ ਬਾਅਦ ਉਸਦੇ ਤੁਸੀਂ ਲਾਈਟ ਚੈੱਕ ਕਰਨੀ ਹੈ, ਇੰਡੀਕੇਟਰ ਚੈੱਕ ਕਰਨੇ ਹੈ, ਔਰ ਫਿਰ ਉਸ ਤੋਂ ਬਾਅਦ ਤੁਸੀਂ ਜਿਹੜਾ ਹੈ ਉਸਨੂੰ ਚਲਾਉਣਾ। ਦੂਸਰੀ ਗੱਲ, ਜਦੋਂ ਅਸੀਂ ਟੂ ਵੀਲਰ ਨੂੰ ਚਲਾਉਣਾ ਤਾਂ ਅਸੀਂ ਹੈਲਮਟ ਦੀ ਵਰਤੋਂ ਜ਼ਰੂਰ ਕਰਨੀ ਹੈ। ਹੈਲਮਟ ਜਿਹੜਾ ਹੈ ਉਸਨੇ ਕਈ ਲੋਕਾਂ ਦੀ ਜਾਨ ਬਚਾਈ ਹੈ, ਕਿਉਂਕਿ ਜਦੋਂ ਦੋ ਪਹੀਆ ਵਾਹਨ ਇਮਬੈਲੈਂਸ ਹੁੰਦੇ ਨੇ ਤਾਂ ਬੰਦਾ ਜਿਹੜਾ ਹੈ ਉਹ ਸੜਕ 'ਤੇ ਰੋਡ 'ਤੇ ਡਿੱਗ ਜਾਂਦਾ, ਅਤੇ ਸਭ ਤੋਂ ਜ਼ਿਆਦਾ ਜਿਹੜੇ ਉਸ ਵੇਲੇ ਚਾਂਸਿਸ ਹੁੰਦੇ ਨੇ ਉਹਦੇ ਸਿਰ 'ਤੇ ਸੱਟ ਲੱਗਣ ਦੇ ਲੱਗ ਜਾਂਦੀ ਹੈ, ਅਤੇ ਫਿਰ ਉਹ ਬੰਦਾ ਜਾਂ ਕੋਮਾ 'ਚ ਚਲਾ ਜਾਂਦਾ ਜਾਂ ਕੁਛ ਦਿਨਾਂ ਬਾਅਦ ਉਹਦੀ ਡੈਥ ਹੋ ਜਾਂਦੀ ਹੈ, ਤਾਂ ਬਚਣਾ ਜਿਹੜਾ ਉਹਦੇ ਚਾਂਸਿਸ ਘੱਟ ਜਾਂਦੇ ਨੇ। ਤੋ ਹੈਲਮਟ ਬਹੁਤ ਜ਼ਰੂਰੀ ਹੈ, ਔਰ ਹੈਲਮਟ ਵੀ ਅੱਛੀ ਕੰਪਨੀ ਦਾ ਲਓ। ਮੈਂ ਕਿਸੇ ਕੰਪਨੀ ਦਾ ਨਾਂ ਨਹੀਂ ਲੈਣਾ ਚਾਹਾਂਗਾ, ਲੇਕਿਨ ਤੁਸੀਂ ਬਾਜ਼ਾਰ ਚਲੇ ਜਾਓ ਤੁਹਾਨੂੰ ਪਤਾ ਲੱਗ ਜਾਏਗਾ ਅੱਛੀ ਕੰਪਨੀ ਦੇ ਜਿਹੜੇ ਹੈਗੇ ਨੇ। ਚਲਦੇ ਫਿਰਦੇ ਰੇਹੜੀਆਂ ਦੇ ਉੱਤੋਂ 200-400 ਵਾਲਾ ਹੈਲਮਟ ਨਾ ਲਓ, ਅੱਛੀ ਕੰਪਨੀ ਦਾ ਹੈਲਮਟ ਲਓ, ਕਿਉਂਕਿ ਇਹ ਜੀਵਨ ਜਿਹੜਾ ਹੈ ਮਨੁੱਖੀ ਜੀਵਨ ਵਾਰ ਵਾਰ ਨਹੀਂ ਮਿਲਦਾ। ਸਮਝ ਲੱਗ ਰਹੀ ਹੈ ਗੱਲ? ਦੂਸਰਾ ਲਾਈਸੈਂਸ, ਲਾਈਸੈਂਸ ਦਾ ਹੋਣਾ ਬਹੁਤ ਜ਼ਰੂਰੀ ਹੈ। ਸਾਡੇ ਸਕੂਲ ਦੇ ਵਿੱਚ ਵੀ ਬਹੁਤ ਸਾਰੇ ਵਿਦਿਆਰਥੀ ਮੋਟਰਸਾਈਕਲ ਲੈ ਕੇ ਆ ਜਾਂਦੇ ਨੇ ਪਰ ਉਹਨਾਂ ਕੋਲ ਲਾਈਸੈਂਸ ਨਹੀਂ ਹੈਗਾ। 18 ਸਾਲ ਦੀ ਉਮਰ ਸਰਕਾਰ ਨੇ ਰੱਖੀ ਹੈ, 16 ਸਾਲ ਦੀ ਉਮਰ ਦੇ ਵਿੱਚ ਤੁਹਾਡਾ ਲਰਨਿੰਗ ਲਾਈਸੈਂਸ ਇਨੀਸ਼ੀਅਲ ਲਾਈਸੈਂਸ ਬਣ ਜਾਂਦਾ, ਜਿਹਦੇ ਵਿੱਚ ਤੁਸੀਂ ਨੋਨ ਗੇਅਰ ਗੱਡੀ ਚਲਾ ਸਕਦੇ ਹੋ, ਸਕੂਟੀ ਵਗੈਰਾ ਗੇਅਰ ਵਾਲੀਆਂ ਨਹੀਂ। ਜਦੋਂ 18 ਸਾਲ ਦੇ ਹੋ ਜਾਓਗੇ ਫਿਰ ਤੁਹਾਡਾ ਪਰਮਾਨੈਂਟ ਲਾਈਸੈਂਸ ਬਣ ਜਾਏਗਾ, ਫਿਰ ਤੁਸੀਂ ਗੇਅਰ ਵਾਲੇ ਵਹੀਕਲ ਵੀ ਚਲਾ ਸਕਦੇ ਹੋ। ਬਿਨਾਂ ਲਾਈਸੈਂਸ ਤੋਂ ਜਿਹੜਾ ਹੈ ਗੱਡੀ ਚਲਾਉਣਾ ਉਹ ਕਾਨੂੰਨੀ ਅਪਰਾਧ ਹੈ, ਉਹਨੂੰ ਇਨਲੀਗਲ ਮੰਨਿਆ ਗਿਆ। ਔਰ ਸਰਕਾਰ ਨੇ ਹੋਰ ਕਾਨੂੰਨ ਸਖ਼ਤ ਕਰ ਦਿੱਤੇ ਆ, ਕਿਉਂਕਿ ਤੁਸੀਂ ਜਿੱਦ ਕਰਕੇ ਘਰ ਮਾਂ ਪਿਓ ਨੂੰ ਤੰਗ ਪਰੇਸ਼ਾਨ ਕਰਕੇ ਤੁਸੀਂ ਬਾਈਕ ਮੋਟਰਸਾਈਕਲ ਤਾਂ ਲੈ ਲੈਂਦੇ ਹੋ, ਅਤੇ ਘਰ ਦੇ ਵੀ ਤੁਹਾਨੂੰ ਚਾਹ ਚਾਹ ਦੇ ਵਿੱਚ ਲੈ ਦਿੰਦੇ ਆ। ਔਰ ਗੁਰਦਾਨਾ ਖਾਲਸਾ ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਉਹਦੇ ਵਿੱਚ ਹੁਣ ਸਰਕਾਰ ਨੇ ਕਹਿਤਾ ਕਿ ਮਾਂ ਪਿਓ ਵੀ ਉਨੇ ਹੀ ਦੋਸ਼ੀ ਹੋਣਗੇ, ਮਾਤਾ ਪਿਤਾ ਨੂੰ ਵੀ ਸਜ਼ਾ ਹੋ ਸਕਦੀ ਹੈ ਔਰ ਜੁਰਮਾਨਾ ਵੀ ਹੋ ਸਕਦਾ ਹੈ। ਇਸ ਕਰਕੇ ਕੋਸ਼ਿਸ਼ ਕਰੋ ਕਿ ਵਹੀਕਲ ਜਿਹੜਾ ਹੈ ਤੁਸੀਂ 16 ਜਾਂ 18 ਸਾਲ ਦੀ ਉਮਰ ਤੋਂ ਬਾਅਦ ਹੀ ਚਲਾਓ, ਉਸ ਤੋਂ ਪਹਿਲਾਂ ਬਹੁਤ ਵਧੀਆ ਖੋਜ ਕੀਤੀ ਹੋਈ ਹੈ ਸਾਈਕਲ ਦੀ, ਸਾਈਕਲ ਚਲਾਓ, ਕਿਉਂਕਿ ਸਾਈਕਲ ਹੁਣ ਫਿਰ ਜਿਹੜਾ ਉਹ ਫੈਸ਼ਨ ਦੇ ਵਿੱਚ ਆ ਗਿਆ। ਸਾਈਕਲ ਅਲੱਗ ਅਲੱਗ ਤਰ੍ਹਾਂ ਦੇ ਸਾਈਕਲ ਬਾਜ਼ਾਰ ਦੇ ਵਿੱਚ ਆ ਗਏ ਨੇ, ਉਹਨੂੰ ਕਾਫੀ ਮਾਡਲ ਲੁੱਕ ਦੇ ਦਿੱਤੀ ਗਈ ਹੈ, ਔਰ ਜਿਹੜੇ ਆਸ ਪਾਸ ਦੇ ਬੱਚੇ ਹੈਗੇ ਨੇ ਸਾਡੇ ਪਿੰਡਾਂ ਤੋਂ ਆਉਂਦੇ ਨੇ ਉਹ ਸਾਈਕਲ 'ਤੇ ਵੀ ਸਕੂਲ ਆ ਸਕਦੇ ਨੇ, ਲੇਕਿਨ ਇੱਕ ਆਪਣਾ ਸਟੇਟਸ ਸ਼ੋ ਕਰਨ ਦੇ ਲਈ ਤੁਸੀਂ ਮੋਟਰਸਾਈਕਲ ਦੇ ਉੱਤੇ ਆਉਂਦੇ ਹੋ। ਔਰ ਉਸ ਤੋਂ ਬਾਅਦ ਟ੍ਰਿਪਲ ਰਾਈਡਿੰਗ ਵੀ ਜਿਹੜਾ ਹੈ ਉਹ ਵੀ ਉਸਦਾ ਵੀ ਚਲਾਨ ਕੱਟਿਆ ਜਾ ਸਕਦਾ ਹੈ। ਮੋਟਰਸਾਈਕਲ ਉੱਤੇ 3 ਵਿਅਕਤੀ ਜਿਹੜੇ ਆ ਉਹ ਨਹੀਂ ਸਫ਼ਰ ਕਰ ਸਕਦੇ, ਅਤੇ 2 ਵਿਅਕਤੀਆਂ ਦੇ ਲਈ ਹੀ ਬਣਿਆ ਹੈ। ਇੱਕ ਦਿਨ ਮੈਂ ਜਾ ਰਿਹਾ ਸੀ ਅਤੇ ਸਕੂਲ ਕਿਤੇ ਛੁੱਟੀ ਹੋਈ ਤਾਂ ਪੇਰੈਂਟਸ ਲਿਆਉਣ ਆਉਂਦੇ ਨੇ ਬੱਚਿਆਂ ਨੂੰ, ਉਸ ਬੰਦੇ ਨੇ 2 ਬੱਚੇ ਅੱਗੇ ਬਿਠਾਏ ਦੇ ਸੀਗੇ ਉਹ 3 ਬੱਚੇ ਪਿੱਛੇ,
ਔਰ ਆਪਣੇ ਆਪ ਨੂੰ ਪਾ ਕੇ ਉਹ ਡਬਲ ਟ੍ਰਿਪਲ ਰਾਈਡਿੰਗ ਕਰ ਰਿਹਾ ਸੀ। ਕਰਮਜੀਤ ਸਰ ਵੀ ਮੇਰੇ ਨਾਲ ਹੀ ਸੀਗੇ ਅਤੇ ਅਸੀਂ ਦੇਖ ਰਹੇ ਸੀ ਉਸ ਵਿਅਕਤੀ ਨੂੰ ਕਿ ਦੋ ਬੱਚੇ ਉਹਨੇ ਅੱਗੇ ਬਿਠਾਏ ਦੇ ਆ ਵਿਦ ਬੈਗ ਔਰ ਤਿੰਨ ਬੱਚੇ ਉਹਨੇ ਪਿੱਛੇ ਬਿਠਾਏ ਦੇ ਮੋਟਰਸਾਈਕਲ 'ਤੇ, ਆਪ ਵੀ ਉਹਨੂੰ ਚਲਾ ਰਿਹਾ, ਉਹਨੂੰ ਡਰਾਈਵ ਕਰ ਰਿਹਾ। ਤੋ ਇੰਨਾ ਰਿਸਕ ਨਾ ਲਓ। ਕਈ ਵਾਰੀ ਅਸੀਂ ਕੀ ਕਰਦੇ ਹਾਂ, ਅਸੀਂ ਵਾਂਡੇ ਜਾਂਦੇ ਹਾਂ, ਅਸੀਂ ਵੱਡਾ ਬੈਗ ਚੁੱਕ ਕੇ ਮੋਟਰਸਾਈਕਲ ਦੇ ਅੱਗੇ ਰੱਖ ਲੈਂਦੇ ਹਾਂ ਤੇਲ ਵਾਲੀ ਟੈਂਕੀ ਦੇ ਉੱਤੇ। ਉਹ ਵੀ ਬਹੁਤ ਵੱਡਾ ਰਿਸਕ ਹੈਗਾ ਕਿਉਂਕਿ ਜਦੋਂ ਵੀ ਕਿਤੇ ਮੋੜ ਕੱਟਣਾ ਪਏ ਕਈ ਵਾਰੀ ਉਹ ਹੈਂਡਲ ਜਿਹੜਾ ਵਿੱਚ ਅਟਕ ਜਾਂਦਾ। ਇਸ ਕਰਕੇ ਆਪਣੀ ਜਾਨ ਦੇ, ਹੋਰ ਲੋਕਾਂ ਦੀ ਜਾਨ ਦੇ ਦੁਸ਼ਮਣ ਨਾ ਬਣੋ। ਇੱਕ ਹੋਰ ਇਹਦੇ ਵਿੱਚ ਨੁਕਤਾ ਹੈਗਾ, 1993 ਦੇ ਵਿੱਚ ਬੰਬੇ ਦੇ ਵਿੱਚ ਸੀਰੀਅਲ ਬਲਾਸਟ ਹੋਏ ਸੀ, ਉਹਨੂੰ ਟੈਰਰਿਸਟ ਅਟੈਕ ਵੀ ਕਹਿ ਸਕਦੇ ਹੋ। ਉਹਦਾ ਜਿਹੜਾ ਮਾਸਟਰ ਮਾਈਂਡ ਸੀਗਾ ਬੰਦਾ, ਉਹ ਸੀਗਾ ਦਾਊਦ ਇਬਰਾਹਿਮ। ਜਦੋਂ ਛਾਨਬੀਨ ਚੱਲੀ ਤਾਂ ਉਹਦੇ ਘਰੋਂ ਦੇ 10 ਲੇਡੀਜ਼ ਨੂੰ ਅਰੈਸਟ ਕਰ ਲਿਆ ਗਿਆ। 10 ਔਰਤਾਂ ਨੂੰ ਮੁੰਬਈ ਪੁਲਿਸ ਚੁੱਕ ਕੇ ਲੈ ਗਈ। ਉਹਨਾਂ ਨੂੰ ਪਤਾ ਵੀ ਨਹੀਂ ਕਿਉਂਕਿ ਇਹ ਬਹੁਤ ਸੀਕ੍ਰੇਟ ਮਿਸ਼ਨ ਹੁੰਦੇ ਨੇ, ਉਹਨਾਂ ਲੇਡੀਜ਼ ਨੂੰ ਪਤਾ ਵੀ ਨਹੀਂ ਕਿ ਸਾਡਾ ਕਸੂਰ ਕੀ ਹੈ। ਬਾਅਦ ਦੇ ਵਿੱਚ ਪਤਾ ਚੱਲਿਆ ਕਿ ਉਹ ਜਿਹੜੀਆਂ ਗੱਡੀਆਂ ਉਹਦੇ ਵਿੱਚ ਵਰਤੋਂ ਕੀਤੀਆਂ ਗਈਆਂ ਸੀਗੀਆਂ ਉਹਨਾਂ ਔਰਤਾਂ ਦੇ ਨਾਂ 'ਤੇ ਸੀਗੀਆਂ। ਜਿਹੜੀਆਂ ਗੱਡੀਆਂ ਉਹਨਾਂ ਨੇ ਬੰਬ ਬਲਾਸਟ ਵਿੱਚ ਯੂਜ਼ ਕੀਤੀਆਂ ਗਈਆਂ ਉਹਨਾਂ ਔਰਤਾਂ ਦੇ ਨਾਂ 'ਤੇ ਸੀਗੀਆਂ, ਉਹਨਾਂ ਵਿੱਚੋਂ ਵੀ ਕਈਆਂ ਨੂੰ 10-10 ਸਾਲ ਦੀ ਜੇਲ੍ਹ ਹੋਈ। ਤੂੰ ਆਪਣੀ ਗੱਡੀ ਮੋਟਰਸਾਈਕਲ ਐਵੇਂ ਨਾ ਕਈ ਨੂੰ ਫੜਾ ਦਿਆ ਕਰੋ, ਆਪਾਂ ਜੀ ਦਿਖਾਇਓ ਦੋ ਮਿੰਟ ਚਾਬੀ, ਮੈਂ ਉੱਥੇ ਜਾਣਾ ਵਾਂ। ਅਗਰ ਉਹ ਰੱਬ ਨਾ ਕਰੇ ਉਹਨਾਂ ਕੋਈ ਹਾਦਸਾ ਵਾਪਰ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਜਿਸ ਦੇ ਨਾਂ ਦੇ ਉੱਤੇ ਗੱਡੀ ਹੋਏਗੀ ਉਹ ਵੀ ਹੋਏਗਾ, ਉਹਨੂੰ ਵੀ ਬਰਾਬਰ ਸਜ਼ਾ ਮਿਲੇਗੀ। ਸੋ ਇਸ ਕਰਕੇ ਬੱਚਿਓ, ਜਿੱਥੇ ਅਸੀਂ ਆਪਣੀ ਸੇਫਟੀ ਕਰਨੀ ਹੈ ਅਸੀਂ ਹੋਰਨਾਂ ਲੋਕਾਂ ਦੀ ਵੀ ਸੇਫਟੀ ਕਰਨੀ ਹੈ। ਬਹੁਤ ਬਹੁਤ